ਨਾ ਲੜਿਆ ਮਤਲਬ ਸਰਪੰਚਾਂ ਦੇ ਨਾਲ ਵੀ ਮਤਲਬ ਕਿ ਝਗੜਾ ਕੀਤਾ ਉਹਨੇ ਆਪਣੀ ਮੰਮਾ ਦੇ ਨਾਲ ਲੜਿਆ ਵੀ ਉਹਨੇ ਮੈਨੂੰ ਅਪਣਾਇਆ ਸਾਰੇ ਸਮਾਜ ਨਾਲ ਲੜ ਕੇ ਅਪਣਾਇਆ ਮੇਰੇ ਵਾਸਤੇ ਉਹ ਦੁਨੀਆ ਨਾਲ ਲੜ ਗਿਆ ਸੀ ਤਾਂ ਤਰਲੇ ਕੋਸ਼ਿਸ਼ ਵੀ ਉਹਨਾਂ ਤੇ ਅਸਰ ਨਹੀਂ ਹੋਇਆ ਸਰਬਦਨਾਮੀ ਦੀ ਗੱਲ ਕਰੀਏ ਤੇ ਬਹੁਤ ਜਾਦਾ ਇਸ ਫੋਟੋਆਂ ਵੈਸੇ ਕੀ ਸਬੂਤ ਹੁੰਦੇ ਹੁੰਦੇ ਨੇ ਸਬੂਤ ਕੀ ਸਬੂਤ ਨੇ ਤੁਹਾਡੇ ਜੇ ਤੁਹਾਡਾ ਅਰਜਨ ਨਾਲ ਵਿਆਹ ਹੋਇਆ ਵੀ ਤੁਸੀਂ ਫੋਟੋਆਂ ਨਜ਼ਰ ਪਾ ਰਹੇ ਹੋ ਚੈਨਲਾਂ ਦੇ ਉੱਪਰ ਇਹ ਇਹ ਨਾ ਹੋ ਜੇ ਤੁਸੀਂ ਉਹਦਾ ਝੂਠੀ ਬਨਾਮੀ ਜਾ ਰਹੇ ਹੋ ਕੀ ਸਬੂਤ ਥੀਏ ਤੁਹਾਡੇ ਜੇ ਤੁਹਾਡਾ ਵਿਆਹ ਹੋਇਆ ਵਿਆਹ ਐ ਦਾ ਨਹੀਂ ਮਤਲਬ ਜਾ ਕਿ ਕੋਈ ਕੋਡ ਮੈਰਿਜ ਨਹੀਂ ਹੋਈ ਹੱਡੀ ਗੁਰਦੁਆਰਦ ਦੇ ਵਿੱਚ ਨਹੀਂ ਹੋਇਆ ਮਤਲਬ ਵਿਆਹ ਹੋਇਆ ਜਿੰਨੂੰ ਕਹਿੰਦੇ ਕਿ ਰਸਮ ਮੰਗਲ ਸੂਤਰ ਪਾਇਆ ਗਿਆ ਤੇ ਮੰਗ ਪਰੀ ਗਈ ਮੇਰੀ ਅਸੀਂ ਸੁਣਦੇ ਆਏ ਜੇ ਪਿਆਰ ਅੰਨਾ ਹੁੰਦਾ ਹੈ ਪਰ ਇਸ ਦੀ ਜਿੰਦਾ ਮਿਸਾਲ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅੰਮ੍ਰਿਤਸਰ ਦੀ ਜਿੱਥੇ ਮੁੰਡੇ ਨੂੰ ਮੁੰਡੇ ਨਾਲ ਪਿਆਰ ਹੋ ਜਾਂਦਾ ਹੈ ਅਤੇ ਦੋਵਾਂ ਦਾ ਵਿਆਹ ਵੀ ਹੋ ਜਾਂਦਾ ਹੈ ਰਵੀ ਸਿੰਘ ਜਿਹੜਾ ਉਹ ਰੀਆ ਜੱਟੀ ਬਣ ਜਾਂਦੀ ਹੈ ਪਿਆਰ ਦੇ ਵਿੱਚ ਆਪਣਾ ਜੈਂਡਰ ਵੀ ਬਦਲ ਦਿੰਦੀ ਹੈ ਸੋ ਪਿਆਰ ਸਿਰੇ ਨਹੀਂ ਚੜਦਾ ਪਰ ਪਹਿਲਾਂ ਤਸਵੀਰਾਂ ਸਾਂਝੀਆਂ ਚਾਰਾਂਗੇ ਤੁਹਾਨੂੰ ਤੁਹਾਡੇ ਨਾਲ ਰਵੀ ਰੀਆ ਜੱਟੀ ਵਾਲੋਂ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਇਹ ਤਸਵੀਰਾਂ ਨੇ ਜਿਸ ਮੁੰਡੇ ਨਾਲ ਉਸ ਦਾ ਪਿਆਰ ਹੁੰਦਾ ਪਰ ਇਹ ਪਿਆਰ ਸਿਰੇ ਨਹੀਂ ਚੜਦਾ ਤਸਵੀਰਾਂ ਵੇਖ ਸਕਦੇ ਹੋ ਵਜਾ ਚੀਆ ਵਜਾ ਵੀ ਜਾਣਨੀ ਚਾਹੁੰਦੇ ਆ ਅੱਜ ਇਨਸਾਫ ਲਈ ਜਿਹੜੀ ਐ ਰੀਆ ਜੱਟੀ ਐ ਜ਼ਰੂਰ ਇਨਸਾਫ ਲੈਣ ਵਾਸਤੇ ਦਰ ਦਰ ਜਿਹੜੀ ਐ ਭਟਕੀ ਹੋਈ ਨਜ਼ਰ ਆ ਰਹੀ ਐ ਲੇਕਿਨ ਤਸਵੀਰਾਂ ਤੁਸੀਂ ਦੇਖ ਰਹੇ ਹੋ ਰੀਆ ਜੱਟੀ ਦੀਆਂ ਜੋ ਰੀਆ ਜੱਟੀ ਆਪਣੇ ਆਪ ਦੱਸ ਰਹੀ ਐ ਕਿ ਇਸ ਮੁੰਡੇ ਨਾਲ ਪਿਆਰ ਹੋਇਆ ਸੀ ਕੀ ਸਚਾਈ ਐ ਇਸ ਤਸਵੀਰਾਂ ਦੀ ਇਹ ਰੀਆ ਜੱਟੀ ਦੇ ਮੂੰਹੋਂ ਹੀ ਸੁਣਦੇ ਆ ਸੋ ਰੀਆ ਜੱਟੀ ਸਾਡੇ ਨਾਲ ਇਹ ਜਲਵਾ ਜ਼ਰੂਰ ਕਰਾ ਰਹੀ ਐ ਕਿ ਨੌਜਵਾਨ ਮੁੰਡਾ ਰਵੀ ਰੀਆ ਜੱਟੀ ਬਣਿਆ ਜੋ ਇਹ ਸਾਰੀ ਡਿਟੇਲ ਅਸੀਂ ਰੀਆ ਜੱਟੀ ਦੇ ਮੂੰਹੋਂ ਹੀ ਸੁਣਦੇ ਆ ਇਹਨਾ ਤੁਹਾਨੂੰ ਨੌਜਵਾਨ ਮੁੰਡਾ ਰਵੀ ਜੀ ਬੋਲੀਏ ਜਾਂ ਰੀਆ ਜੱਟੀ ਬੋਲੀਏ ਹਣ ਸਾਨੂੰ ਤਾਂ ਆਪ ਸਮਝ ਨਹੀਂ ਆ ਰਹੀ ਇਸ ਬਾਬਲੇ ਤੇ ਸਰ ਜੋ ਰਵੀ ਸੀਓ ਉਸਨੇ ਤੇ ਅਰਜੁਨ ਦੇ ਕਰਕੇ ਆਪਣਾ ਵਜੂਦ ਹੀ ਮਿਟਾ ਲਿਆ ਜਿਵੇਂ ਕਿ ਰੀਆ ਕਹਿ ਸਕਦੇ ਜੋ ਰਵੀ ਤਾਂ ਸਮਝੋ ਮਰ ਗਿਆ ਜਾਂ ਖਤਮ ਹੋ ਗਿਆ ਰਵੀ ਦਾ ਤਾਂ ਵਜੂਦ ਹੀ ਮਿਟ ਗਿਆ ਹੁਣ ਇਹ ਰੀਆ ਜੀ ਮੈਨੂੰ ਇਹ ਦੱਸੋ ਇਹ ਕਿਵੇਂ ਸلسਲਾ ਸ਼ੁਰੂ ਹੋਇਆ ਤੁਹਾਡਾ ਪਿਆਰ ਦਾ ਕਿ ਮੁੰਡੇ ਨਾਲ ਮੁੰਡਾ ਪਿਆਰ ਕਰਦਾ ਜਾਰੀ ਦੋਸਤੀ ਤਾਂ ਅਸੀਂ ਮੰਨਦੇ ਮੁੰਡੇ-ਮੁੰਡੇ ਦੀ ਹੁੰਦੀ ਹੈ ਪਰ ਪਿਆਰ ਵਾਲਾ ਮਾਮਲਾ ਜਿਹੜਾ ਹੈ ਹੈਰਾਨ ਕਰਨ ਵਾਲਾ ਮਾਮਲਾ ਹੈ ਇਹ ਪਿਆਰ ਵਾਲਾ ਮਾਮਲਾ ਸ਼ੁਰੂ ਜਿਸ ਤਰ੍ਹਾਂ ਹੋਇਆ ਹੈ ਜਿਵੇਂ ਪਿਆਰ ਹੋਇਆ ਤੁਹਾਨੂੰ ਸਰ ਮਤਲਬ ਕਿ ਅਸੀਂ ਦੋਵੇਂ ਝਾਕੀਆਂ ਦਾ ਕੰਮ ਕਰਦੇ ਸੀ ਮੈਂ ਵੀ ਝਾਕੀਆਂ ਦਾ ਕੰਮ ਕਰਦੀ ਸੀ ਅਰਜੁਨ ਵੀ ਝਾਕੀਆਂ ਦਾ ਕੰਮ ਕਰਦਾ ਸੀ ਅਰਜੁਨ ਦਾ ਇੱਕ ਫਰੈਂਡ ਆ ਮਤਲਬ ਕਿ ਉਹਦਾ ਨਾਮ ਹੈ ਸਰਜੀਤ ਜੋ ਕਿ ਕੀ ਨਾਮ ਹੈ ਪਿੰਡ ਦਾ ਨਹੀਂ ਮੈਨੂੰ ਪਤਾ ਉਸਨੇ ਸਾਨੂੰ ਇੱਕ ਦੂਜੇ ਦੇ ਕੰਟੈਕਟ ਨੰਬਰ ਦਿੱਤੇ ਜਿੱਦਨੀ ਕੀਮਤ ਪਰ ਪਹਿਲਾਂ ਸਾਡੀ ਗੱਲਬਾਤ ਚੱਲਦੀ ਰਹੀ ਮਤਲਬ ਤੇ 2019 ਦੇ ਲਾਸਟ 11ਵੇਂ ਮਹੀਨੇ ਚ ਮਤਲਬ ਕਿ ਸਾਡੀ ਪਹਿਲੀ ਮੁਲਾਕਾਤ ਹੋਈ ਜੋ ਕਿ ਮੇਰੀ ਰਿਸ਼ਤੇਦਾਰੀ ਦੇ ਵਿੱਚ ਵਿਆਹ ਸੀ ਉੱਥੇ ਅਰਜੁਨ ਆਇਆ ਤੋਂ ਉਸੇ ਨਾਈਟ ਨੂੰ ਹੀ ਉਹ ਮਤਲਬ ਕਿ ਮੇਰੇ ਘਰ ਆ ਗਿਆ ਫਿਰ ਮਤਲਬ ਕਿ ਸਾਡਾ ਰਿਸ਼ਤਾ ਜੋ ਮਤਲਬ ਕਿ ਬਹੁਤ ਅੱਗੇ ਵੱਧ ਚੁੱਕਾ ਤੁਸੀਂ ਮਤਲਬ ਕਿ ਸਮਝ ਸਕਦੇ ਹੋ ਨਹੀਂ ਮੈਨੂੰ ਇਹ ਦੱਸੋ ਰਹੀ ਆ ਜੀ ਦੋਸਤੀ ਹੋਈ ਸੀ ਜਾਂ ਪਿਆਰ ਹੋਇਆ ਸੀ ਕਿਸ ਤਰ੍ਹਾਂ ساری ਇਹ ਸਿਲਸਿਲਾ ਸ਼ੁਰੂ ਹੋਇਆ ਸਰ ਮਤਲਬ ਦੋਸਤੀ ਦਾ ਕੋਈ ਮੈਟਰ ਨਹੀਂ ਸਾਡੀ ਡਾਇਰੈਕਟ ਲਾਈਫ ਹੀ ਜੋ ਮਤਲਬ ਕਿ ਸ਼ੁਰੂ ਹੀ ਪਿਆਰ ਤੋਂ ਹੀ ਹੋਈ ਅਸੀਂ ਮਤਲਬ ਇੱਕ ਦੂਜੇ ਦੇ ਕੰਟੈਕਟ ਨੰਬਰ ਹੀ ਫਰੈਂਡਸ਼ਿਪ ਵਾਸਤੇ ਲਏ ਸੀ ਦੋਸਤੀ ਦਾ ਤੇ ਮੈਟਰ ਬਹੁਤ ਦੂਰ ਦੂਰ ਰਹਿ ਗਿਆ ਨਾ ਇਹ ਤੁਹਾਡੇ ਬਾਰੇ ਜਾਨਣਾ ਚਾਹੁੰਦੇ ਆ ਕੀ ਕੰਮ ਕਰਦੇ ਸੀ ਤੁਸੀਂ ਕਿਸ ਤਰ੍ਹਾਂ ਇਹਨਾਂ ਦੇ ਟੱਚ ਦੇ ਵਿੱਚ ਹੈ ਕਿ ਕਿਹੜੀ ਜੌਬ ਸੀ ਤੁਹਾਡੀ ਸਰ ਮੇਰਾ ਮਤਲਬ ਪ੍ਰੋਫੈਸ਼ਨਲ ਮੈਂ ਮੇਕਅਪ ਆਰਟਿਸਟ ਜਾਂ ਮੈਂ ਕਿ ਟੀਵੀ ਸ਼ੂਟ ਵਗੈਰਾ ਗਾਣਿਆਂ 'ਚ ਮੇਰਾ ਮੇਕਅਪ ਦਾ ਕੰਮ ਸੀ ਮਤਲਬ ਲਗ ਦੇ ਦੋ ਚੈਨਲਾਂ ਤੇ ਵੀ ਮਤਲਬ ਜੋ ਰੈਸ਼ਨ ਕਾਰ ਪ੍ਰੋਗਰਾਮ ਸ਼ਰਕਾ ਟੱਚ ਵੀ ਮੈਂ ਮੇਕਅਪ ਕਰ ਚੁੱਕੀ ਹਾਂ ਮਤਲਬ ਝਾਕੀਆਂ ਦਾ ਵੀ ਕੰਮ ਹੈ ਮੇਰਾ ਜਿੰਨੂੰ ਕਿ ਆਪਾਂ ਡਾਂਸ ਪ੍ਰੋਫੈਸ਼ਨਲ ਕਹਿ ਸਕਦੇ ਆ ਤੇ ਅਰਜੁਨ ਦਾ ਵੀ ਇਹੀ ਪ੍ਰੋਫੈਸ਼ਨਲ ਹੈ ਝਾਕੀਆਂ ਦਾ ਤੇ ਮਤਲਬ ਛੋਟੀ ਮੋਟੀ ਜੋਬ ਕਰਦਾ ਹੈ ਦੁਕਾਨ ਤੇ 9000 ਰੁਪਏ ਵਿੱਚੋਂ ਇਹੀ ਪ੍ਰੋਫੈਸ਼ਨਲੀ ਹਾਡਾ ਦੋਵਾਂ ਦਾ ਚਾਕੀਆਂ ਦਾ ਹੀ ਇਹ ਰੀਆ ਜੀ ਫੋਟੋਆਂ ਤੁਸੀਂ ਜਿਹੜੀਆਂ ਦਿਖਾ ਰਹੇ ਹੋ ਇਹ ਅਰਜੁਨ ਜਿਸ ਮੁੰਡੇ ਦਾ ਨਾਮ ਲੈ ਰਹੇ ਹੋ ਤੁਸੀਂ ਉਸ ਦੇ ਪਰਿਵਾਰ ਵਾਲਿਆਂ ਨੂੰ ਪਤਾ ਚੱਲ ਗਿਆ ਜੇ ਤੁਸੀਂ ਜਿਹੜਾ ਪਿਆਰ ਹੋਇਆ ਤੁਹਾਡੇ ਨਾਲ ਤੇ ਫਿਰ ਦੋਵਾਂ ਦਾ ਵਿਆਹ ਵੀ ਹੋਇਆ ਉਸ ਦੇ ਪਰਿਵਾਰ ਨੂੰ ਪਤਾ ਸੀ ਇਸ ਚੀਜ਼ ਦਾ ਸਰ ਹਾਂ ਮਤਲਬ ਉਹਦੀ ਭੈਣ ਨੂੰ ਵੀ ਪਤਾ ਸੀ ਉਹਦੀ ਮੰਮਾ ਨੂੰ ਵੀ ਪਤਾ ਸੀ ਉਹਦੀ ਮੰਮੀ ਕਾਫੀ ਲੜਦੀ ਸੀ ਲੈ ਜੇ ਵੇ ਮਤਲਬ ਕਿ ਮੈਨੂੰ ਬਹੁਤ ਮੰਦੇ ਚੰਗੇ ਲਫ਼ਜ਼ ਵੀ ਬੋਲੇ ਗਏ ਮੇਰੀ ਸੱਸ ਵੱਲੋਂ ਮੈਨਾਂ ਲੜਦੀ ਵੀ ਰਹੀ ਮਤਲਬ ਕਿ ਕਾਫੀ ਮਤਲਬ ਕਿ ਮੈਂ ਕਦੀ ਵੀ ਉਹਨਾਂ ਦੇ ਅੱਗੇ ਬੋਲੀ ਨਹੀਂ ਕਾਫੀ ਮੈਂ ਗਾਲਾਂ ਵੀ ਖਾਦੀਆਂ ਅਰਜਨ ਦੀ ਮੰਮਾ ਕੋ ਵੀ ਮਤਲਬ ਤੂੰ ਛੱਡ ਦੇ ਇਹਦਾ ਖੇੜਾ ਛੱਡ ਦੇ ਖੇੜਾ ਪਰ ਅਰਜਨ ਮੇਰੇ ਵਾਸਤੇ ਲੜਿਆ ਆਪਣੇ ਪਰ ਹੁਣ ਮੈਨੂੰ ਸਮਝ ਨਹੀਂ ਆਉਂਦਾ ਕਿ ਸਾਡੇ ਪਿਆਰ ਦੇ ਵਿੱਚੋਂ ਇਹ ਵੰਸ਼ ਦਾ ਬੀਜ ਕਿੱਥੋਂ ਆ ਗਿਆ ਜੋ ਕਿ ਇਹ ਕੋਈ ਕੁੜੀ ਆ ਉਸਨੇ ਮਤਲਬ ਕਿ ਇਹਦੇ ਦਿਲ 'ਚ ਇਹ ਵਹਿਮ ਪਾਤਾ ਕਿ ਇਹ ਤੈਨੂੰ ਵੰਸ਼ ਨਹੀਂ ਦੇ ਸਕਦੀ ਤੇ ਤੂੰ ਇਸ ਦੇ ਨਾਲ ਵਿਆਹ ਨਾ ਕਰ ਤੇ ਇਹਨੂੰ ਖੁਸਰਿਆਂ ਦੇ ਹਵਾਲੇ ਕਰ ਦੇ ਪਰ ਉਹਨੂੰ ਤਾਂ ਪਹਿਲਾਂ ਵੀ ਪਤਾ ਹੋ ਗਿਆ ਤੁਸੀਂ ਮੁੰਡੇ ਤੋਂ ਜੈਂਡਰ ਚੇਂਜ ਹੋਇਆ ਤੇ ਵੰਸ਼ ਤਾਂ ਹੋਣਾ ਨਹੀਂ ਉਹਨੂੰ ਇਹ ਤਾਂ ਪਤਾ ਹੋ ਗਿਆ ਫਿਰ ਹੁਣ ਕਿਉਂ ਵੰਸ਼ ਦੀ ਇਸ ਜਿਹੜੀ ਆ ਵਜ੍ਹਾ ਨਾਲ ਤਾਨੂੰ ਛੱਡ ਰਿਹਾ ਉਹ ਇਹ ਸਾ ਮੈਨੂੰ ਨਹੀਂ ਪਤਾ ਤੇ ਹੁਣ ਅਰਜਨ ਮੈਨੂੰ ਮਿਲੇ ਤਾਂ ਇਹ ਗੱਲਾਂ ਮੋ ਸਾਹਮਣੇ ਬੈ ਕੇ ਹੀ ਕਲੀਅਰ ਹੋ ਸਕਦੀਆਂ ਨੇ। ਮਸਤਾਵਾ ਤੁਹਾਨੂੰ ਨਹੀਂ ਹੋ ਰਿਹਾ ਕਿ ਤੁਸੀਂ ਇਹ ਚ ਨੌਜਵਾਨ ਤੋਂ ਅਜੇ ਰੀਆ ਜੱਟੀ ਬਣੇ ਹੋ ਤੁਹਾਡੇ ਪਰਿਵਾਰ ਬਾਰੇ ਜਾਣ ਲਿਆ ਥੋੜਾ ਜਿਹਾ ਪਹਿਲੇ। ਹਾਂਜੀ ਸਰ ਮਤਲਬ ਕਿ ਮੈਂ ਜੱਟ ਫੈਮਲੀ ਤੋਂ ਆਂ ਜੱਟ ਫੈਮਲੀ ਤੋਂ ਬਿਲੋਂਗ ਕਰਦੀ ਆ ਮਤਲਬ ਕਿ ਅਰਜਨ ਜੋ ਹੈ ਮਤਲਬ ਕਿ ਬਾਹਮਣਾ ਦਾ ਪੁੱਤਰ ਹੈ ਮਤਲਬ ਕਿ ਇਹਦਾ ਪਿੰਡ ਹੈ ਅਲੀ ਹਲ ਰਾਈਆਂ ਤੇ ਇਹਨਾਂ ਦੇ ਪਿਤਾ ਦਾ ਨਾਮ ਹੈ ਰਮੇਸ਼ ਕੁਮਾਰ ਤੇ ਮਤਲਬ ਕਿ ਅਰਜਨ ਪਹਿਲਾਂ ਹੀ ਮੈਂ ਕਿਹਾ ਸੀ ਕਿ ਤੂੰ ਨੰਨੂ ਆਪਣਾ ਵਿਆਹ ਕਰਵਾ ਲਾ ਮੈਨੂੰ ਦੋ ਕੁੜੀਆਂ ਵੀ ਦਿਖਾਈਆਂ ਇਹ ਮਤਲਬ ਕੀ ਆਪਣੇ ਮੂੰਹ ਦੱਸ ਸਕਦਾ ਇਹ ਮੈਂ ਨੂੰ ਦੋ ਕੁੜੀਆਂ ਦਿਖਾਈਆਂ ਪਰ ਇਹਨੇ ਉਹ ਕੁੜੀਆਂ ਨੂੰ ਐਕਸੈਪਟ ਕਰਤਾ ਉਹ ਸੌਰੀ ਕੀ ਕਹਿੰਦੇ ਆ ਉਹਨੂੰ ਰਿਜੈਕਟ ਰਿਜੈਕਟ ਕਰ ਦਿੱਤਾ ਕਿ ਮੈਂ ਤੇਰੀ ਜਗ੍ਹਾ ਨਹੀਂ ਕਿਸੇ ਕੁੜੀ ਨੂੰ ਵੀ ਦੇ ਸਕਦਾ ਹੁਣ ਵੀ ਜਦੋਂ ਮਤਲਬ ਸਾਡੀ ਲਾਸਟ ਤੱਕ ਲੜਾਈ ਵੀ ਹੋਈ ਮੈਂ ਹੁਣ ਵੀ ਕਹਿੰਦੀ ਰਹੀ ਨੰਨੂ ਮੈਂ ਤੇਰਾ ਮਤਲਬ ਕੀ ਆਪਣੇ ਹੱਥੀ ਵਿਆਹ ਕਰ ਦਿੰਨੀ ਆ ਮੈਂ ਸੌਂਕਨ ਅਪਣਾ ਲੈਨੀ ਆ ਜੇ ਤੈਨੂੰ ਵੰਚੀ ਚਾਹੀਦਾ ਪਰ ਤੂੰ ਮੈਨੂੰ ਨਾ ਛੱਡ ਤੂੰ ਮੈਨੂੰ ਕਿਸੇ ਵੀ ਕੋਨੇ 'ਚ ਰੱਖੇਗਾ ਜਿੱਦਾਂ ਵੀ ਰੱਖੇਗਾ ਮੈਂ ਰਹਿ ਲੂੰ ਪਰ ਤੂੰ ਇਹਨਾਂ ਨੂਮ ਨੂੰ ਨਾ ਛੱਡ ਬੜਾ ਮਤਲਬ ਕਿ ਮੈਂ ਰੋਈ ਗਿੜ ਗੜਾਈ ਪਰ ਮਤਲਬ ਮੇਰੇ ਮਿੰਤਾ ਤਰਲੇ ਕੁਛ ਵੀ ਉਹਨਾਂ ਦੇ ਉੱਤੇ ਅਸਰ ਨਹੀਂ ਹੋਇਆ ਇਹ ਰਵੀ ਮੈਨੂੰ ਇਹ ਦੱਸੋ ਜਦੋਂ ਤੁਹਾਡਾ ਜਨਮ ਹੋਇਆ ਹੋਏਗਾ ਤੁਹਾਡੇ ਮਾਪੇ ਨੇ ਲੱਡੂ ਵੰਡੇ ਹੋਣੇ ਨੇ ਪੂਰੇ ਮਹੱਲੇ ਦੇ ਵਿੱਚ ਆ ਚੜਿਆ ਹੋਏਗਾ ਕਿ ਮੁੰਡੇ ਨੇ ਜਨਮ ਲਿਆ ਹੈ ਜੱਟਾਂ ਦੇ ਮੁੰਡੇ ਦਾ ਵੈਸੇ ਵੱਟ ਪਿੱਛੇ ਬੰਦਾ ਮਾਰ ਦਿੰਦੇ ਨੇ ਤੁਸੀਂ ਆਪਣਾ ਜੈਂਡਰ ਚੇਂਜ ਕਰ ਆ ਲਿਆ ਕਿ ਪਸਤਾਵਾ ਨਹੀਂ ਹੋ ਰਿਹਾ ਤੁਹਾਡੇ ਪਰਿਵਾਰ ਵਾਲਿਆਂ ਨੂੰ ਸ਼ਰਮ ਨਹੀਂ ਆਉਂਦੀ ਹੋਈ ਕਿ ਅੱਜ ਜਿਹੜੇ ਹਾਲਾਤਾਂ 'ਚ ਪਰਿਵਾਰ ਜਿਹੜਾ ਹੈ ਇਸੇ ਹਾਲਾਤਾਂ 'ਚ ਆ ਚੁਟਿਆ ਕਿ ਬਦਨਾਮੀ ਵੀ ਹੋ ਸਰਬਦਨਾਮੀ ਦੀ ਗੱਲ ਕਰੀਏ ਤੇ ਬਹੁਤ ਜ਼ਿਆਦਾ ਜਿ ਮੇਰੇ ਚੰਗੇ ਭਲੇ ਮਤਲਬਕਿ ਭਰਾ ਨੇ ਬੈਨ ਖਲੋਣ ਵਾਲੇ ਬੰਦਿਆਂ ਚ ਮਤਲਬਕਿ ਕੀ ਸੋਚ ਜਹਣਗੇ ਜਦੋਂ ਮੈਨੂੰ ਹੁਣ ਵੇਂਦੇ ਹੋਣਗੇ ਮੈਨੂੰ ਖੁਦ ਨੂੰ ਇਹ ਗੱਲ ਤੇ ਸ਼ਰਮ ਮਹਿਸੂਸ ਹੁੰਦੀ ਪਰ ਮੈਂ ਸਰ ਕੋਈ ਵੀ ਕਦਮ ਨਹੀਂ ਚੁੱਕਣਾ ਚਾਹੁੰਦੀ ਨਾ ਥਾਣੇ ਕਚੈਰੀ ਵਾਲਾ ਨਾ ਹੀ ਪ੍ਰੈਸ ਚ ਆਉਂਦਾ ਮੈਨੂੰ ਕੋਈ ਸ਼ੌਂਕ ਨਹੀਂ ਇਹ ਕੋਈ ਕੀ ਕਹਿੰਦੇ ਆਪੀ ਕੀ ਮਜਬੂਰੀ ਬਣ ਗਈ ਮੇਰੀ ਮਜਬੂਰੀ ਬਣ ਗਈ ਸਿਰਫ ਅਰਜੁਨ ਤੱਕ ਮੈਸੇਜ ਪਹੁੰਚਾਉਣ ਦੀ ਵੀ ਹੱਲੇ ਵੀ ਮੈਂ ਉਹਨੂੰ ਪਿਆਰ ਕਰਦੀ ਹਾਂ ਕਰਦੀ ਹੀ ਰਾਵਾਂਗੀ ਜੇ ਉਹ ਕਵੇ ਤੇ ਮੈਂ ਮਤਲਬ ਇਹ ਵੀ ਕੁਰਬਾਨੀ ਦੇਣ ਨੂੰ ਤਿਆਰ ਮੈਂ ਆਪਣੇ ਹੱਥੀਂ ਉਹਦਾ ਵਿਆਹ ਕਰਨ ਨੂੰ ਤਿਆਰ ਵਾਂ ਅਸੀਂ ਸੁਣਦੇ ਰਹੇ ਹਾਂ ਕਿ ਪਿਆਰ ਇੰਨਾ ਹੁੰਦਾ ਪਰ ਇੰਨਾ ਨਾ ਹੋ ਜਾਏ ਪਿਆਰ ਅੱਜ ਜੈਂਡਰ ਚੇਂਜ ਹੋ ਆਇਆ ਤੁਸੀਂ ਉਸ ਵਾਸਤੇ ਹੁਣ ਜਿੰਨੇ ਚਿਰ ਪਹਿਲਾਂ ਇਹ ਜੈਂਡਰ ਚੇਂਜ ਹੋਇਆ ਸੀ ਤੁਸੀਂ ਜਦੋਂ ਅਰਜੁਨ ਨੂੰ ਮਿਲੇ ਸੀ ਸਨਮਤ ਬੁੱਲਤੇ 10 ਸਾਲ ਤੱਕ ਸਾਡਾ ਇਦਾਂ ਹੀ ਰਿਲੇਸ਼ਨਸ਼ਿਪ ਰਿਹਾ ਫਿਜ਼ੀਕਲ ਰਿਲੇਸ਼ਨ ਵੀ ਹੁੰਦੇ ਰਹੇ ਜਿਸ ਨੂੰ ਕਿ ਆਪਾਂ ਅੱਜ ਕੱਲ ਤੁਹਾਨੂੰ ਪਤਾ ਹੀ ਆ ਪੀ ਹਾਈ ਕੋਰਟ ਤੋਂ ਵੀ ਮਤਲਬ ਕਿ ਆਰਡਰ ਮਿਲ ਚੁੱਕਿਆ ਇੰਡੀਆ ਚ ਗੇ ਸੈਕਸ ਅਲਾਉਟ ਆ ਤੇ ਮਤਲਬ ਕਿ ਇਹਨੂੰ ਮੈਂ ਆਖਿਆ ਵੀ ਆਪਾਂ ਓਦਾਂ ਵੀ ਫਰੈਂਡ ਸਰਕਲ ਰੱਖ ਸਕਦੇ ਆ ਮੈਂ ਅੱਗ ਵੀ ਜੋ ਪਹਿਲਾਂ ਦੱਸੂ ਕਿ ਮੈਨੂੰ ਦੋ ਕੁੜੀਆਂ ਵਖਾ ਚੁੱਕੀ ਸੀ ਇਹਦੇ ਵਿਆਹ ਵਾਸਤੇ ਪਰ ਇਹਨੇ ਰਿਜੈਕਟ ਕਰਤੀਆਂ ਕਹਿੰਦਾ ਕਿ ਮੈਨੂੰ ਤੂੰ ਹੀ ਚਾਹੀਦੀ ਆ ਤੂੰ ਆਪਣਾ ਜੈਂਟਰ ਚੇਂਜ ਕਰਾ ਮੈਂ ਤੈਨੂੰ ਅਪਣਾਵਾਂਗਾ ਇਹਨੇ ਮਤਲਬ ਕਿ ਵਿਆਹ ਵਾਸਤੇ ਮੇਰੇ ਕੋ 2 ਸਾਲ ਦਾ ਮਤਲਬ ਟਾਈਮ ਲਿੱਤਾ ਐ ਸਕਿ 2 ਸਾਲ ਤੱਕ ਮੇਰਾ ਪੂਰੀ ਤਰ੍ਹਾਂ ਪਤਾ ਨਹੀਂ ਹੀ ਲੱਗਣਾ ਕਿ ਮੈਂ ਮੈਂ ਊਮੈਨ ਸੀ ਜਾਂ ਮੈਨ ਸੀ ਪੂਰੀ ਤਰ੍ਹਾਂ ਐਕਸਚੇਂਜ ਹੋ ਜਾਣਾ ਹੁਣ ਵੀ ਤੁਸੀਂ ਵੇਖ ਸਕਦੇ ਹੋ ਕਿ ਮਤਲਬ ਕਿ ਮੇਰੇ ਬੋਡੀ ਪਾਰਟ ਮੇਰੀ ਮਤਲਬ ਕਿ ਲੈਂਗੁਏਜ ਵਿੱਚ ਵੀ ਐਕਸਚੇਂਜ ਆ ਰਿਹਾ ਪਰ ਇਹਨੂੰ ਥੋੜਾ ਸਵਰ ਕਰਨਾ ਚਾਹੀਦਾ ਸੀ ਇਹਨੇ ਇੱਕ ਮਤਲਬ ਸਿਰਫ ਕੁੜੀ ਦੀਆਂ ਗੱਲਾਂ ਵਿੱਚ ਆ ਕੇ ਵੀ ਤੈਨੂੰ ਵੰਸ਼ ਨਹੀਂ ਦੇ ਸਕਦੀ ਇੱਕਦਮ ਮੈਨੂੰ ਠਕਰਾ ਦਿੱਤਾ ਪਰ ਅਰਜਨ ਦੇ ਪਰਿਵਾਰ ਵਾਲਿਆਂ ਨੇ ਅਪਣਾ ਲਿਆ ਸੀ ਤੁਹਾਨੂੰ ਜਾਂ ਉਹਨਾਂ ਨੇ ਨਹੀਂ ਅਪਣਾਇਆ ਤੁਹਾਨੂੰ ਨਹੀਂ ਸਾਰ ਮਤਲਬ ਕਿ ਉਸ ਸਾਰੀ ਫੈਮਲੀ ਨੇ ਮੈਨੂੰ ਐਕਸੈਪਟ ਕਰ ਲਿਆ ਸੀ ਨੰਨੂ ਦੀ ਮਮ ਅਰਜੁਨ ਦੀ ਮम्मा ਵੀ ਮੇਰੇ ਨਾਲ ਗੱਲਬਾਤ ਕਰਦੇ ਰਹੇ ਉਸ ਦੇ ਭੈਣ ਭਰਾ ਸਾਰੀ ਫੈਮਲੀ ਮੇਰੇ ਨਾਲ ਗੱਲਬਾਤ ਕਰਦੀ ਕੋਈ ਦਿਨ ਦਿਹਾੜਾ ਹੁੰਦਾ ਸੀ ਮਤਲਬ ਉਹ ਵੀ ਮੇਰਾ ਚਾਹ ਕਰਦੇ ਸੀ ਮੈਂ ਵੀ ਮਤਲਬ ਕਿ ਛੋਟੇ ਮੋਟੇ ਤੋਹਫੇ ਦਿੰਦੇ ਹਰ ਤੇ ਘਲਦੀ ਸੀ ਉਹਨਾਂ ਨੂੰ ਮਤਲਬ ਕਿ ਪਤਾ ਕਿ ਰੀਆ ਮਤਲਬ ਉਹਨੇ ਇਹ ਨਹੀਂ ਅਰਜੁਨ ਦੀ ਇਹ ਗਲਤੀ ਆ ਜੋ ਕਿ ਉਹਨੇ ਇਹ ਕਹਿਤਾ ਕਿ ਰੀਆ ਇੱਕ ਕਿਨਰ ਸੀ ਤੇ ਇਹਦਾ ਇਲਾਜ ਕਰਾਉਣ ਦੇ ਆ ਮੈਂ ਉਹਨੂੰ ਡਾਇਰੈਕਟਲੀ ਇਹੀ ਕਹਿਣਾ ਚਾਹੀਦਾ ਸੀ ਕਿ ਇੱਕ ਮੁੰਡਾ ਆ ਇਹ ਉਸ ਦੀ ਗਲਤੀ ਮੈਂ ਮੰਨਦੀ ਆਂ ਵੀ ਉਹਨੇ ਇਹ ਪੜਦਾ ਰੱਖਿਆ ਜੋ ਕਿ ਹੁਣ ਉਹਦੀ ਭਾਬੀ ਵੀ ਮਤਲਬ ਕਹਿੰਦੀ ਆ ਵੀ ਤੂੰ ਆਪਣੇ ਮੁੰਡਾ ਹੋਣ ਦਾ ਸਬੂਤ ਦੇ ਹਾਂਜੀ ਤੇ ਮੈਂ ਮਤਲਬ ਕਿ ਜਿੰਦੀ ਜਾਗਦੀ ਮਸਾਲ ਆ ਖੁਦ ਮੇਰੀ ਮਤਲਬ ਕਿ ਦੇਵਾ ਸਬੂਤ ਵੀ ਮੈਂ ਪਹਿਲਾ ਮੁੰਡਾ ਸੀ ਮੇਰਾ ਮੈਡੀਕਲ ਹੋ ਜੇ ਨਹੀਂ ਸਬੂਤਾਂ ਵੈਸੇ ਕੀ ਸਬੂਤ ਹੁੰਦੇ ਹੁੰਦੇ ਨੇ ਸਬੂਤ ਕੀ ਸਬੂਤ ਨੇ ਤੁਹਾਡੇ ਕੇ ਤੁਹਾਡਾ ਅਰਜਨ ਨਾਲ ਵਿਆਹ ਹੋਇਆ ਫਿਰ ਤੁਸੀਂ ਫੋਟੋਆਂ ਨਸਰ ਜਾ ਰਹੇ ਹੋ ਚੈਨਲਾਂ ਦੇ ਉੱਪਰ ਇਹ ਇਹ ਨਾ ਹੋ ਜੇ ਤੁਸੀਂ ਉਹਦਾ ਝੂਠੀ ਬਿਰਨਾਮੀ ਜਾ ਰਹੇ ਹੋ ਕੀ ਸਬੂਤ ਕੀ ਹੈ ਤੁਹਾਡੇ ਕੇ ਤੁਹਾਡਾ ਵਿਆਹ ਹੋਇਆ ਉਹਨਾਂ ਨਾਲ ਸਬੂਤ ਸਾਰੇ ਉਹ ਮਤਲਬ ਕਿ ਮੈਡੀਕਲ ਹੋ ਸਕਦਾ 3 ਸਾਲ ਤੁਹਾਡੇ ਫਿਜ਼ੀਕਲ ਰਿਲੇਸ਼ਨ ਹੋਣ ਦੇ ਵਿਆਹ ਤੋਂ ਬਿਨਾ ਤੇ ਨਹੀਂ ਹੋ ਸਕਦੇ ਹਨ ਤੇ ਮਤਲਬ ਕੀ ਹੈ ਉਹ ਮੰਗ ਭਰਦਿਆਂ ਦੀ ਫੋਟੋ ਆ ਮਤਲਬ ਮੰਗਲ ਸੂਤਰ ਪਾਇਆ ਇਹਨੇ ਸੋਵਾਂ ਖਾਦੀਆਂ ਦਰਬਾਰ ਦੇ ਉੱਤੇ ਇੱਕ ਦਰਬਾਰ ਆ ਮੈਂ ਤੁਹਾਨੂੰ ਵਿਖਾ ਸਕਦੀ ਆ ਇੱਥੇ ਫੋਨ ਤੇ ਫੋਟੋਆਂ ਵੀਡੀਓ ਵਿਖਾ ਸਕਦੀ ਆ ਉਹ ਦਰਬਾਰ ਦੀਆਂ ਬੜੀਆਂ ਕਸਮਾਂ ਖਾਂਦਾ ਸੀ ਕਿ ਮੈਂ ਤੈਨੂੰ ਅਪਣਾਉਂਗਾ ਉਸ ਦਰਬਾਰ ਤੇ ਵੀ ਮੈਂ ਜਾਂਦੀ ਰਹੀ ਉੱਥੇ ਵੀ ਇੰਨੇ ਮਤਲਬ ਕਿ ਮੇਰੀ ਮੰਗ ਪਰੀ ਮਤਲਬ ਕਿ ਵਿਆਹ ਇਦਾਂ ਨਹੀਂ ਮਤਲਬ ਜਾਂ ਕਿ ਕੋਈ ਕੋਟ ਮੈਰਿਜ ਨਹੀਂ ਹੋਈ ਹੱਡੀ ਗੁਰਦੁਆਰਦ ਦੇ ਵਿੱਚ ਨਹੀਂ ਹੋਇਆ ਮਤਲਬ ਵਿਆਹ ਹੋਇਆ ਜਿੰਨੂੰ ਕਹਿੰਦੇ ਇੱਕ ਰਸਮ ਮੰਗਲ ਸੂਤਰ ਪਾਇਆ ਗਿਆ ਤੇ ਮੰਗ ਪਰੀ ਗਈ ਮੇਰੀ ਕਿ ਹੁਣ ਕਿੰਨਾ ਚਿਰ ਹੋਇਆ ਤੁਹਾਡੀ ਜਿਹੜੀ ਅਰਜੁਨ ਨਾਲ ਰਾਬਤਾ ਨਹੀਂ ਹੋਇਆ ਜਾਂ ਗੱਲਬਾਤ ਨਹੀਂ ਹੋਈ ਕਿੰਨਾ ਦਿਨ ਹੋ ਚੁਟੀਆਂ ਨੂੰ ਸਰ ਨੂੰ ਮਤਲਬ ਲਾਸਟ ਗੱਲ ਹੋਈ ਸੀ ਸਾਡੀ 15 ਤਰੀਕ ਨੂੰ ਜਿੱਥੇ ਮੈਂ ਰੋ ਰੋ ਕੇ ਕਹਿਨਦੀ ਆਂ ਵੀ ਅਰਜੁਨ ਮੇਰ ਨਾਲ ਗੱਲ ਕਰ ਲਾ ਮੇਰ ਨਾਲ ਗੱਲ ਕਰ ਲਾ ਚਾਹੇ ਮੈਨੂੰ ਤੂੰ ਮਤਲਬ ਕੀ ਉਦਾਂ ਹੀ ਗੱਲ ਕਰ ਮੈਂ ਤੇਰੇ ਆਪਣੇ ਹੱਥੀ ਵਿਆਹ ਵੀ ਕਰਾ ਦਿੰਨੀ ਮੈਂ ਤੇਰੇ ਪਿੱਛੇ ਆਪਣੀ ਜ਼ਿੰਦਗੀ ਬਰਬਾਦ ਕੀਤੀ ਆ ਅਰਜੁਨ ਮੈਨੂੰ ਛੱਡ ਨਾ ਮੈਂ ਉਹਦੀ ਭੈਣ ਅੱਗੇ ਵੀ ਤਰਲੇ ਲਏ मां ਅੱਗੇ ਵੀ ਤਰਲੇ ਲਏ ਉਸ ਮਤਲਬ ਭੈਣ ਨੂੰ ਆਪਣਾ ਭਰਾ ਦੇ ਗਿਆ ਮਾਂ ਨੂੰ ਆਪਣਾ ਪੁੱਤ ਦੇ ਗਿਆ ਤੇ ਮੈਂ ਵੀ ਕਿਸੇ ਮਾਂ ਦਾ ਪੁੱਤ ਸੀ ਉਹਨਾਂ ਨੇ ਮੇਰੇ ਬਾਰੇ ਇੱਕ ਵਾਰੀ ਵੀ ਨਹੀਂ ਸੋਚਿਆ ਇੰਨੇ ਕਿਉਂ ਮਤਲਬ ਤੇ ਸੁਵਾਰਥੀ ਬਣ ਗਏ ਇੱਕ ਵਾਰੀ ਵੀ ਉਹਨਾਂ ਪਿੱਛੇ ਮੁੜ ਕੇ ਵੇਖਿਆ ਵੀ ਉੱਤੇ ਕੀ ਬੀਤਨ ਦੀ ਹੋਊਗੀ ਉਹਨੇ ਆਪਣੀ ਆਪਣੀ ਦੇਹ ਉੱਤੇ ਕਿੰਨੇ ਕਸ਼ਟ ਚੱਲੇ ਇਹਦੇ ਇਹਦੇ ਕਰਕੇ ਇਹਨੂੰ ਪੌਂਡ ਕਰਕੇ ਸਾਰੇ ਇੰਨੇ ਮਤਲਬੀ ਹੋ ਗਏ ਮਤਲਬ ਹਰ ਰਿਸ਼ਤੇਦਾਰ ਨੇ ਮੈਨੂੰ ਬਲੌਕ ਮਾਰ ਦਿੱਤਾ ਕਿਸੇ ਨੇ ਵੀ ਮੇਰੇ ਵੱਲ ਪਿੱਛੇ ਮੁੜ ਕੇ ਵੇਖਿਆ ਨਹੀਂ ਸੀ ਜ ਜਨਾ ਜੋ ਭੈਣਾ ਮੈਨੂੰ ਭਾਬੀ ਭਾਬੀ ਕਹਿੰਦੀਆਂ ਸੀ ਅੱਜ ਕਿੱਥੇ ਗਈ ਉਹ ਭਾਬੀ ਤੁਹਾਡਾ ਪਰਿਵਾਰ ਤੁਹਾਡੇ ਨਾਲ ਸਹਿਮਤ ਸੀ ਤੁਹਾਡਾ ਪਰਿਵਾਰ ਸਾਥ ਦੇ ਰਿਹਾ ਹੁਣ ਤੁਹਾਡਾ ਹਾਂ ਸਰ ਪਹਿਲੋ ਮੈਂ ਕਾਫੀ ਡਰਦੀ ਸੀ ਮਤਲਬ ਕਿ ਸਿਰਫ ਲੁਕਾ ਕੇ ਨਾ ਮਤਲਬ ਕਿਈ ਪਰਿਵਾਰ ਚ ਨਹੀਂ ਪਤਾ ਹੁਣ ਮਤਲਬ ਕੀ ਮੇਰਾ ਪਰਿਵਾਰ ਮੇਰੇ ਨਾਲ ਖੜਾ ਹੈ ਪਰ ਹੱਲੇ ਵੀ ਮੇਰਾ ਪਰਿਵਾਰ ਕਹਿੰਦਿਆ ਵਾ ਕਿਉਂ ਮੇਰਾ ਪਰਿਵਾਰ ਜਿੰਨਾ ਪਿਆਰ ਮੇਰ ਨਾਲ ਕਰਦਾ ਉਤੋਂ ਜ਼ਿਆਦਾ ਅਰਜੁਨਾ ਕਰਦਾ ਸੀ ਮੇਰੀ ਫੈਮਲੀ ਤੇ ਮੇਰੀ ਫੈਮਲੀ ਚਾਹ ਰਹੀ ਕਿ ਮੈਂ ਕੇਸ ਵਾਪਸ ਲੈਣਾ ਅਸੀਂ ਅਰਜਨ ਨਾਲ ਬੈਠ ਕੇ ਗੱਲ ਕਰ ਲੈਨੇ ਆ ਪਸਤਾਵਾ ਹੋ ਰਿਹਾ ਜੀ ਜੈਂਡਰ ਚੇਂਜ ਵਾਲਿਆ ਜੋ ਮੁੰਡੇ ਨਾਲ ਮੁੰਡੇ ਦਾ ਪਿਆਰ ਹੁੰਦਾ ਉਸ ਤੋਂ ਬਾਅਦ ਜੈਂਡਰ ਚੇਂਜ ਹੋਇਆ ਪਸਤਾਵਾ ਹੋ ਰਿਹਾ ਇਸ ਚੀਜ਼ ਦਾ ਤੁਹਾਨੂੰ ਪਸਤਾਵਾ ਦਾ ਤੇ ਸਾਰਨ ਮਤਲ ਕਹਿ ਸਕਦੇ ਨਾ ਕੋਈ ਹਿਸਾਬ ਹੀ ਨਹੀਂ ਹੈਗਾ ਵੀ ਆਪਣਾ ਆਪ ਮੈਨੂੰ ਖੁਦ ਹੁਣ ਪਤਾ ਲੱਗਦਾ ਆ ਵੀ ਮੇਰਾ ਤੇ ਵजूद ਹੀ ਮਿਟ ਚੁੱਕਾ ਹੈ ਜੈਂਟਰ ਕਰਾ ਕੇ ਉਦੋਂ ਤੇ ਮੈਨੂੰ ਇਹੋ ਪਤਾ ਸੀ ਵੀ ਅਰਜਨ ਨੇ ਮੈਨੂੰ અપਨਾ ਲੈਣਾ ਤੇ ਆਪਾਂ ਬੇਬੀ ਅਡੌਪ ਕਰ ਲਾਂਗੇ ਇਹ ਗੱਲਾਂ ਤੇਲਣਾ ਵੀ ਹੋਈਆਂ ਸੀ ਮੈਂ ਹਾ ਨੰਨੂ ਜੇ ਕੱਲ ਨੂੰ ਬੱਚਾ ਨਾ ਹੋਇਆ ਤੇ ਕਹਿੰਦਾ ਮੈਂ ਤੇਰਨਾ ਪਿਆਰ ਕੀਤਾ ਹੈ ਬੱਚੇ ਨਾਲ ਨਹੀਂ ਕੱਲ ਮੇਰੀ ਪਰਜਾਈ ਘਰ 9 ਸਾਲ ਹੋ ਗਏ ਬੱਚਾ ਨਹੀਂ ਹੋਇਆ ਮੇਰੇ ਭਰਾ ਨੇ ਛੱਡ ਨਹੀਂ ਦਿੱਤੀ ਕਹਿੰਦਾ ਜਿੰਦੀ ਜਾ ਦੀ ਮਿਸਾਲ ਸਾਡੇ ਘਰ ਵਿੱਚ ਮੇਰੀ ਤਾਈ ਆ ਜਿਹਦੇ ਘਰ ਬੱਚਾ ਨਹੀਂ ਹੋਇਆ ਮੇਰੇ ਤਾਈ ਨੇ ਛੱਡ ਨਹੀਂ ਦਿੱਤੀ ਕਹਿੰਦਾ ਸਾਡੇ ਘਰ ਇਦਾਂ ਦੀਆਂ ਦੋ ਲੇਡੀਜ਼ ਆ ਮੇਰੇ ਪਰਿਵਾਰ ਨੇ ਨਹੀਂ ਛੱਡੀਆਂ ਸਾਡੇ ਖਾਨਦਾਨ ਵਿੱਚ ਇਹੋ ਜਿਹਾ ਕੋਈ ਨਹੀਂ ਹੈਗਾ ਵੀ ਤੈਨੂੰ ਅੰਸਾ ਕਰਕੇ ਛੱਡ ਦਿੱਤਾ ਜਾਵੇਗਾ ਰਵੀ ਜਾਂ ਰੀਆ ਜੱਟੀ ਦੋਵੇਂ ਨਾਂ ਲੈ ਲੈਨੇ ਅਸੀਂ ਤੇਰੇ ਜਿਹੇ ਬਹੁਤ ਸਾਰੇ ਨੌਜਵਾਨ ਜਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਧੀਆਂ ਜਾਂ ਭੈਣਾਂ ਨੇ ਜਿਹੜੀਆਂ ਪਿਆਰ ਵਿੱਚ ਪੈ ਜਾਂਦੀਆਂ ਨੇ ਲੁੱਟੀਆਂ ਜਾਂਦੀਆਂ ਨੇ ਬਰਬਾਦ ਹੋ ਜਾਂਦੀਆਂ ਨੇ ਅਤੇ ਆਪਣਾ ਆਪ ਜਿਹੜਾ ਲੁਟਾ ਬੈਂਦੀਆਂ ਨੇ ਜਿਵੇਂ ਅੱਜ ਤੂੰ ਲੁੱਟੀ ਹੋਈ ਮਹਿਸੂਸ ਕਰ ਰਹੀ ਹੈ ਜਾਂ ਮਹਿਸੂਸ ਕਰ ਰਹੇ ਆ ਤੂੰ ਕੀ ਅਪੀਲ ਕਰਨੀ ਹੈ ਉਹਨਾਂ ਨੂੰ ਕਿਉਂ ਜੇ ਮੈਂ ਪਹਿਲਾਂ ਵੀ ਦਰਾਇਆ ਕਿ ਪਿਆਰ ਅੰਨਾ ਹੁੰਦਾ ਪਰ ਇੰਨਾ ਵੀ ਅੰਨਾ ਨਹੀਂ ਹੋਣਾ ਚਾਹੀਦਾ ਜੀ ਆਪਣੀ ਜ਼ਿੰਦਗੀ ਬਰਬਾਦ ਕਰ ਲੈ ਕੀ ਅਪੀਲ ਕਰਾਂਗੇ ਅਪੀਲ ਐ ਹੀ ਕਰਾਂਗੇ ਕਿ ਸਾਨੂੰ ਕੁਦਰਤ ਦੇ ਕਾਇਰਿਚ ਰਹਿਣਾ ਚਾਹੀਦਾ ਜੇ ਮੈਂ ਤੇ ਆਪਣੇ ਪਿਆਰ ਵਾਸਤੇ ਕੁਦਰਤ ਨਾਲ ਲੜ ਗਈ ਜਿੰਨੇ ਕਿ ਕੁਦਰਤ ਨਾਲ ਹੀ ਖੇਡ ਗਈ ਤੇ ਗਾਂ ਤੋਂ ਇਦਾਂ ਦਾ ਕੋਈ ਵੀ ਕਦਮ ਨਾ ਚੁੱਕੇ ਮੇਰੇ ਮੇਰੇ ਵਾਲੀ ਹੁਣ ਵੇਖ ਲੋ ਕਿ ਮੈਂ ਕਿਦਾਂ ਰੁਲੰਦੀ ਆ ਮੈਂ ਤੜਫੰਦੀ ਆ ਆਪਣੇ ਪਿਆਰ ਦੀ ਆਵਾਜ਼ ਸੁਣਨ ਨੂੰ ਵੀ ਪਰ ਮੈਨੂੰ ਕਿਦਾਂ ਉਹਨਾਂ ਨੇ ਮਤਲਬ ਕੀ ਕਵਾ ਕੀ ਇੱਕ ਜਿੱਦਾਂ ਕੀ ਇੱਕ ਆਪਾਂ ਟਿਸ਼ੂ ਪੇਪਰ ਨੂੰ ਯੂਜ਼ ਕਰਕੇ ਸੁੱਟ ਦੇ ਇਸ ਇਸ ਤਰ੍ਹਾਂ ਮੈਨੂੰ ਅਰਜਨ ਨੇ ਯੂਜ਼ ਕਰਕੇ ਤੇ ਜਿੱਦਾਂ ਕੀ ਸੁੱਟ ਦਿੱਤਾ ਵਾ ਇਸ ਮਾਮਲੇ ਦੀ ਹੁਣ ਕੋਈ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਤਾਈਂ ਦਿੱਤੀ ਹੋਈ ਆ ਪੁਲਿਸ ਤਾਈਂ ਇਹ ਮਾਮਲਾ ਪੁੱਝਿਆ ਪੁੱਝਿਆ ਤੁਹਾਡੇ ਵੱਲੋਂ ਹਾਂਜੀ ਸਰ ਮਤਲਬ ਕਿ ਮੈਂ ਸਭ ਤੋਂ ਪਹਿਲਾਂ ਕਮਿਸ਼ਨਰ ਦੇ ਪੇਸ਼ ਹੋਈ ਸੀ ਉਸ ਤੋਂ ਬਾਅਦ ਮੇਰੀ ਜਿਹੜੀ ਕਮਿਸ਼ਨਰ ਤੋਂ ਬਾਅਦ ਮੇਰੀ ਮਤਲਬ ਕਿ ਉਹਨਾਂ ਜਿਹੜੀ ਦਰਖਾਸਤ ਮਾਰਕ ਕਰ ਦਿੱਤੀ ਏਐਸਆਈ ਨੂੰ ਮਤਲਬ ਨਹੀਂ ਮੈਨੂੰ ਨਾਮ ਨਹੀਂ ਆਉਂਦਾ ਵੈਸਟ ਨੂੰ वेस्टर्न मतलब की उतबात 30 जगह मेरी दरख्वाश आ चुकी है पर हरले तक करजुंदा कुछ पता नहीं चलन दिया सो ਤੁਸੀਂ ਦੇਖ ਰਹੇ ਹੋ ਕਿ ਰਵੀ ਤੋਰੀਆ ਬਣਿਆ ਰੀਆ ਜੱਟੀ ਬਣਿਆ ਜਿਹੜਾ ਨੌਜਵਾਨ ਸੀ ਅੱਜ ਪਸਤਾ ਰਿਹਾ ਜੇ ਪਿਆਰ ਦੇ ਵਿੱਚ ਉਸਨੇ ਜ਼ਰੂਰ ਆਪਣਾ ਜੈਂਡਰ ਬਦਲ ਲਿਆ ਪਰ ਅੱਜ ਪਸਤਾਵਾ ਵੀ ਹੋ ਰਿਹਾ ਜੇ ਆਪਣੇ ਮਾਂ-ਬਾਪ ਦਾ ਚਲੋਤਾ ਪੁੱਤ ਸੀ ਅੱਜ ਨਾ ਉਹ ਇਧਰ ਦਾ ਤੇ ਨਾ ਉਧਰ ਦਾ ਜਾਵੇ ਤੇ ਜਾਵੇ ਕਿੱਥੇ ਇਨਸਾਫ ਲੈਣ ਲਈ ਜਿਹੜਾ ਉਹ ਥਾਣਿਆਂ ਤਾਂ ਹੀ ਜਾ ਰਿਹਾ ਇਨਸਾਫ ਮਿਲਦਾ ਜਾਂ ਨਹੀਂ ਮਿਲਦਾ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਫਿਲਹਾਲ ਫੋਟੋਆਂ ਜਿਹੜੀਆਂ ਦਿਖਾ ਰਹੀਆਂ ਰੀਆ ਜੱਟੀ ਇਹ ਫੋਟੋਆਂ ਦੀ ਸਚਾਈ ਕੀ ਹੈ ਪੁਲਿਸ ਜਾਂਚ ਦਾ ਵਿਸ਼ਾ ਹੈ ਅਸੀਂ ਇਸ ਦੀ ਸਪਸ਼ਟੀ ਨਹੀਂ ਕਰਦੇ ਪਰ ਰਵੀ ਰਵੀ ਜਾਂ ਰੀਆ ਜੱਟੀ ਵੱਲੋਂ ਜਿਹੜੇ ਨੇ ਇਲਜ਼ਾਮ ਲਾਏ ਜਾ ਰਹੇ ਨੇ ਜਿ ਉਸ ਤਰ੍ਹਾਂ ਵਿਆਹ ਹੋਇਆ ਸੀ ਉਸ ਮੁੰਡੇ ਨਾਲ ਅਤੇ ਮੁੰਡੇ ਨੇ ਇਸ ਨੂੰ ਜਿਹੜਾ ਹੁਣ ਛੱਡ ਦਿੱਤਾ ਹੈ ਜਿ ਉਹ ਵਾਂਸ ਨਹੀਂ ਵਧੇਗਾ ਜੱਤੀ ਇਹਨੇ ਦੱਸ ਰਿਹਾ ਜੇ ਮੈਂ ਸਾਰੀ ਡਿਟੇਲ ਦੱਸੀ ਸੀ ਉਹਨੂੰ ਵੀ ਪਤਾ ਸੀ ਜਿ ਮੈਂ ਮੁੰਡਾ ਹੈ ਮੁੰਡੇ ਤੋਂ ਬਾਅਦ ਜੈਂਡਰ ਚੇਂਜ ਹੁੰਦਾ ਹੈ ਪਰ ਫਿਲਹਾਲ ਇਹ ਸਾਰਾ ਜਾਂਚ ਦਾ ਵਿਸਾ ਹੈ ਪੁਲਿਸ ਕੀ ਐਸਐਲ ਲੈਂਦੀ ਹੈ ਆਉਣ ਵਾਲੇ ਦਿਨਾਂ ਚ ਪਤਾ ਚੱਲੇਗਾ ਫਿਲਹਾਲ ਰਵੀ ਜੱਟੀ ਹੈ ਜਿਹੜਾ ਪਸਤਾ ਜ਼ਰੂਰ ਹੈ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਤੁਸੀਂ ਜੁੜੇ ਰਹੋ ਫੈਕਟ ਨਿਊ